ਪੀਰ ਆਫ ਕਿਰਨ ਬਣਨ ਵਾਲੀਆਂ ਸਭ ਰੂਹਾਂ ਨੂੰ ਅਸਲਾਮ ਅਲੈਕਮ ਜੀ। ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ, ਇੱਕ ਵਾਰੀ ਫਿਰ ਹਾਜ਼ਰ ਆਪ ਦੀ ਖਿਦਮਤ ਦੇ ਵਿੱਚ ਅੱਜ ਦੇ ਪੈਗਾਮ ਲੈ ਕੇ। ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝ ਕਰਾਂਗਾ ਕਿ ਕੁਝ ਐਸੇ ਵਕਤ ਹੁੰਦੇ ਨੇ, ਅਗਰ ਉਸ ਵਕਤ ਅਸੀਂ ਕੋਈ ਵੀ ਦੁਆ ਮੰਗੀਏ, ਕੋਈ ਵੀ ਦੁਆ ਕਰੀਏ, ਅਤੇ ਉਹ ਸਾਡੀ ਦੁਆ ਜਿਹੜੀ ਹੈ ਕਬੂਲ ਹੋਣ ਦੇ ਚਾਂਸ ਜਿਹੜੇ ਵੱਧ ਹੁੰਦੇ ਨੇ। ਸੋ ਕਿਹੜੇ ਵਕਤ ਨੇ ਜਿਨ੍ਹਾਂ ਦੇ ਵਿੱਚ ਅਸੀਂ ਦੁਆ ਕਰਨੀ ਹੈ? ਵੈਸੇ ਕਿਹਾ ਜਾਂਦਾ ਹੈ ਕਿ ਅਕਸਰ ਆਪਾਂ ਨੂੰ ਦੁਆ ਕਰਦੇ ਰਹਿਣਾ ਚਾਹੀਦਾ ਹਰ ਵਕਤ, ਖੁਸ਼ੀ ਹੋਵੇ, ਗਮੀ ਹੋਵੇ, ਕਿਸੇ ਵੀ ਵਕਤ ਆਪਾਂ ਹੋਈਏ ਅਤੇ ਆਪਾਂ ਨੂੰ ਦੁਆ ਕਰਦੇ ਰਹਿਣਾ ਚਾਹੀਦਾ। ਤੋ ਦੁਆ ਆਪਾਂ ਕਰਨੀ ਹੈ ਮਾਲਕ ਦੇ ਅੱਗੇ, ਅਤੇ ਉਹ ਦੁਆ ਕਰਨ ਦੇ ਲਈ ਕੁਝ ਖਾਸ ਵਕਤ ਨੇ। ਅਗਰ ਉਹਨਾਂ ਵਕਤਾਂ ਦੇ ਵਿੱਚ ਦੁਆ ਮੰਗੀ ਜਾਵੇ ਅਤੇ ਉਹ ਸਾਡੀ ਦੁਆ ਜਿਹੜੀ ਹੈ ਕਬੂਲ ਹੁੰਦੀ ਹੈ। ਉਹ ਕਿਹੜੇ ਵਕਤ ਨੇ, ਉਹਨਾਂ ਦੇ ਬਾਰੇ ਅੱਜ ਦੇ ਇਸ ਪੈਗਾਮ ਵਿੱਚ ਆਪਣੇ ਗੱਲ ਸਾਂਝ ਕਰਾਂਗੇ। ਤੋ ਅੱਜ ਦਾ ਪੈਗਾਮ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ। ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਉਸ ਖੁਦਾ ਦੇ ਨਾਂ 'ਤੇ ਜੋ ਹਰ ਇੱਕ 'ਤੇ ਮਿਹਰਬਾਨ ਔਰ ਨਿਗਹਿਬਾਨ ਹੈ। ਕਹਿੰਦੇ ਨੇ ਕਿ ਜਦੋਂ ਧੁੱਪ ਦੇ ਵਿੱਚ ਬਾਰਿਸ਼ ਹੋ ਰਹੀ ਹੋਵੇ, ਉਹ ਜਿਹੜਾ ਸਮਾਂ ਹੈ ਉਹ ਕਦੀ ਕਦੀ ਆਉਂਦਾ। ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਬੱਦਲ ਆਉਂਦੇ ਨੇ ਅਤੇ ਬਾਰਿਸ਼ ਹੁੰਦੀ ਹੈ, ਉਸ ਵਕਤ ਧੁੱਪ ਨਹੀਂ ਹੁੰਦੀ। ਪਰ ਇੱਕ ਸਮਾਂ ਐਸਾ ਹੁੰਦਾ ਹੈ ਕਿ ਜਦ ਧੁੱਪ ਵੀ ਹੁੰਦੀ ਹੈ ਅਤੇ ਬਾਰਿਸ਼ ਵੀ ਹੋ ਰਹੀ ਹੁੰਦੀ ਹੈ। ਜਿਹੜਾ ਉਹ ਸਮਾਂ ਹੈ ਉਹ ਮਾਲਕ ਦੀ ਰਹਿਮਤ ਦਾ ਸਮਾਂ ਹੁੰਦਾ ਹੈ। ਕਾਇਨਾਤ ਇਹ ਮਾਲਿਕ ਖੁਸ਼ ਹੁੰਦੇ ਨੇ ਉਸ ਵਕਤ, ਅਤੇ ਅਗਰ ਅਸੀਂ ਉਸ ਵਕਤ ਕੋਈ ਵੀ ਦੁਆ ਮੰਗਦੇ ਹਾਂ ਅਤੇ ਉਹ ਸਾਡੀ ਜਿਹੜੀ ਦੁਆ ਹੈ ਉਹ ਕਬੂਲ ਕੀਤੀ ਜਾਂਦੀ ਹੈ। ਕਿਉਂਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਹ ਜਾਣਕਾਰੀ ਦਾ ਪਤਾ ਅਤੇ ਉਹ ਉਸ ਵਕਤ ਦੁਆ ਮੰਗਦੇ ਨੇ, ਅਤੇ ਇਹ ਸਮਾਂ ਵੀ ਬਹੁਤ ਘੱਟ ਆਉਂਦਾ ਹੈ। ਕਦੀ ਕਿਤੇ ਹੋਇਆ ਇੱਦਾਂ ਹੋ ਜਾਵੇ, ਨਹੀਂ ਤਾਂ ਨਹੀਂ ਹੁੰਦਾ। ਦੂਜੇ ਨੰਬਰ 'ਤੇ ਗੱਲ ਕੀ ਹੈ ਕਿ ਜਦ ਅਜ਼ਾਨ ਹੋ ਰਹੀ ਹੋਵੇ, ਅਜ਼ਾਨ ਜਦੋਂ ਹੁੰਦਾ ਕਿ ਲੋਕਾਂ ਨੂੰ ਮਾਲਕ ਦੀ ਤਰਫ ਬੁਲਾਉਣਾ, ਅਤੇ ਜੇ ਉਸ ਵਕਤ ਅਸੀਂ ਆਪਣਾ ਧਿਆਨ, ਆਪਣਾ ਦਿਲ ਖੁਦਾ ਦੇ ਵੱਲ ਕਰਕੇ ਅਗਰ ਕੋਈ ਦੁਆ ਮੰਗਦੇ ਹਾਂ ਅਤੇ ਉਹ ਸਾਡੀ ਜਿਹੜੀ ਦੁਆ ਹੈ ਉਹਦੇ ਕਬੂਲ ਹੋਣ ਦੇ ਚਾਂਸ ਜਿਹੜੇ ਨੇ ਬਾਕੀਆਂ ਦੁਆਵਾਂ ਨਾਲੋਂ ਬਹੁਤ ਜ਼ਿਆਦਾ ਹੋ ਜਾਂਦੇ ਨੇ। ਤੀਜੇ ਨੰਬਰ 'ਤੇ ਗੱਲ ਕੀ ਹੈ ਕਿ ਸਫ਼ਰ ਦੇ ਦੌਰਾਨ ਜਦੋਂ ਅਸੀਂ ਕਿਸੇ ਸਫ਼ਰ 'ਚ ਹੋਈਏ ਅਤੇ ਉਸ ਵਕਤ ਸਾਨੂੰ ਕੋਈ ਨਹੀਂ ਜਾਣਦਾ ਹੁੰਦਾ, ਸਾਡੇ ਨਾਲ ਵੀ ਕੋਈ ਨਹੀਂ, ਅਸੀਂ ਇਕੱਲੇ ਹਾਂ ਸਫ਼ਰ ਦੇ ਵਿੱਚ ਹਾਂ, ਉਸ ਸਫ਼ਰ ਦੇ ਦੌਰਾਨ ਜਦੋਂ ਅਸੀਂ ਆਪਣੀ ਧਿਆਨ ਨੂੰ ਮਾਲਕ ਦੇ ਨਾਲ ਜੋੜ ਕੇ ਉਦੋਂ ਕੋਈ ਦੁਆ ਕਰੀਏ ਅਤੇ ਉਸ ਵਕਤ ਵਿੱਚ ਜਿਹੜੀ ਸਾਡੀ ਦੁਆ ਹੈ ਉਹ ਕਬੂਲ ਹੋ ਜਾਂਦੀ ਹੈ। ਚੌਥੇ ਨੰਬਰ 'ਤੇ ਗੱਲ ਦੱਸੀ ਹੈ ਕਿ ਜੁੰਮੇ ਵਾਲੇ ਦਿਨ, ਜੁੰਮਾ ਸ਼ੁੱਕਰਵਾਰ ਦਾ ਜਿਹੜਾ ਦਿਨ ਹੈ ਉਹਨੂੰ ਜੁੰਮਾ ਬੋਲਦੇ ਨੇ। ਜੁੰਮੇ ਵਾਲੇ ਦਿਨ ਅਗਰ ਅਸੀਂ ਦਰੂਦ ਪਾਕ ਦੀ ਤਲਾਵਤ ਕਰਕੇ, ਕੁਰਾਨ ਦੀ ਤਲਾਵਤ ਕਰਕੇ, ਉਸ ਤੋਂ ਬਾਅਦ ਆਪਾਂ ਕੋਈ ਵੀ ਦੁਆ ਕਰੀਏ, ਪਾਕ ਸਾਫ਼ ਹੋ ਕੇ, ਵਾ ਵਜ਼ੂ ਹੋ ਕੇ, ਤੋ ਮਾਲਿਕ ਉਹ ਸਾਡੀ ਕੀਤੀ ਹੋਈ ਦੁਆ ਦੇ ਉੱਪਰ ਗੌਰ ਕਰਦੇ ਨੇ ਅਤੇ ਉਹ ਦੁਆ ਨੂੰ ਕਬੂਲ ਵੀ ਕਰਦੇ ਨੇ। ਕਿਉਂਕਿ ਅਕਸਰ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਨੇਕ ਅਤੇ ਜਾਇਜ਼ ਦੁਆ ਹੁੰਦੀਆਂ ਨੇ ਉਹਨਾਂ ਦੇ ਉੱਪਰ ਹੀ ਗੌਰ ਕੀਤੀ ਜਾਂਦੀ ਹੈ ਅਤੇ ਉਹੀ ਦੁਆਵਾਂ ਜਿਹੜੀਆਂ ਨੇ ਕਬੂਲ ਹੁੰਦੀਆਂ ਨੇ। ਕਈ ਵਾਰ ਆਪਾਂ ਕਹਿੰਦੇ ਹਾਂ ਜਦੋਂ ਆਪਾਂ ਕਦੀ ਕਿਸੇ ਦਾ ਮਾੜਾ ਸੋਚਦੇ ਹਾਂ ਤਾਂ ਹੋ ਜਾਂਦਾ, ਉਹ ਰੱਬ ਦੀ ਤਰਫੋਂ ਨਹੀਂ ਹੁੰਦਾ। ਸ਼ੈਤਾਨ ਤੁਹਾਨੂੰ ਬਸ ਆਪਣੇ 'ਚ ਕਰਕੇ ਉਹ ਐਸੀਆਂ ਜਿਹੜੀਆਂ ਭੈੜੀਆਂ ਦੁਆਵਾਂ ਜਿਹੜੀਆਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ, ਉਹ ਦੁਆਵਾਂ ਜਿਹੜੀਆਂ ਆ ਉਹ ਸ਼ੈਤਾਨ ਕਰਾਉਂਦਾ। ਅਤੇ ਇਸ ਕਰਕੇ
ਜਦੋਂ ਵੀ ਦੁਆ ਕਰਨੀ ਹੈ ਹੱਕ ਦੀ ਨੇਕ ਦੁਆ ਕਰਨੀ ਹੈ ਕਿਸੇ ਦੇ ਭਲੇ ਲਈ, ਕੋਈ ਤੁਹਾਨੂੰ ਮਾੜਾ ਕਰਦਾ ਉਹਦਾ ਫੈਸਲਾ ਰੱਬ 'ਤੇ ਛੱਡ ਦਿਓ, ਆਪੇ ਸਮਾਂ ਆਉਣ 'ਤੇ ਉਸ ਬੰਦੇ ਨੂੰ ਜਿਹੜਾ ਹੈ ਇਨਸਾਫ ਮਿਲ ਜਾਂਦਾ ਅਤੇ ਰੱਬ ਆਪੇ ਸਾਫ ਕਰਦਾ ਇਸੇ ਦੁਨੀਆਂ ਦੇ ਉੱਪਰ। ਅੱਗੇ ਹੈ ਕਿ ਰਾਤ ਦੇ ਵਕਤ ਜਦੋਂ ਸਾਡੀ ਅਚਾਨਕ ਅੱਖ ਖੁੱਲ੍ਹ ਜਾਵੇ, ਰਾਤ ਨੂੰ ਸੌਂ ਗਏ ਕਿਸੇ ਵਕਤ ਸਾਡੀ ਅੱਖ ਖੁੱਲ੍ਹੇ, ਅਕਸਰ ਜੇ ਇਹ ਸਮਾਂ 2:30 ਤੋਂ 5 ਦੇ ਵਿੱਚ ਦਾ ਹੈ, ਉਸ ਵਕਤ ਜੇ ਅੱਖ ਖੁੱਲ੍ਹਦੀ ਹੈ ਅਤੇ ਉਸ ਵਕਤ ਦੋਨੋਂ ਹੱਥ ਤਾਹਾਂ ਨੂੰ ਉਠਾ ਕੇ ਦੁਆ ਮੰਗੀਏ ਅਤੇ ਉਹ ਦੁਆ ਕਬੂਲ ਹੁੰਦੀ ਹੈ। ਇਸ ਵਕਤ ਵਜ਼ੂ ਕੀਤਾ ਨਹੀਂ ਕੀਤਾ ਉਹ ਗੱਲਾਂ ਜਿਹੜੀਆਂ ਮੈਟਰ ਨਹੀਂ ਕਰਦੀਆਂ, ਬਸ ਉਸ ਵਕਤ ਜੇ ਆਪਾਂ ਦੋਨੋਂ ਹੱਥ ਤਾਹਾਂ ਨੂੰ ਉਠਾ ਕੇ ਅੱਲਾ ਪਾਕ ਦੇ ਕਦਮਾਂ ਦੇ ਵਿੱਚ ਮੁਬਾਰਕ ਕਦਮਾਂ ਦੇ ਵਿੱਚ ਆਪਾਂ ਕੋਈ ਵੀ ਦੁਆ ਕਰਦੇ ਹਾਂ ਅਤੇ ਉਹ ਸਾਹਿਬ ਮਿਹਰਬਾਨ ਹੈ ਅਤੇ ਉਹ ਸਾਡੀ ਜਿਹੜੀ ਦੁਆ ਹੈ ਉਸਨੂੰ ਕਬੂਲ ਕਰਦੇ ਨੇ। ਅਤੇ ਅੱਗੇ ਗੱਲ ਕੀਤੀ ਜਾਂਦੀ ਹੈ ਕਿ ਮੁਸੀਬਤ ਦੇ ਵਕਤ, ਕਿਉਂਕਿ ਜਦੋਂ ਮੁਸੀਬਤ ਸਾਡੇ ਉੱਤੇ ਕੋਈ ਪਈ ਹੁੰਦੀ ਹੈ ਸਾਡਾ ਸਾਰਾ ਧਿਆਨ ਰੱਬ ਵੱਲ ਹੁੰਦਾ। ਪਹਿਲਾਂ ਅਸੀਂ ਦੁਨੀਆਦਾਰਾਂ ਦੇ ਬੂਹੇ ਖੜਕਾਉਂਦੇ ਹਾਂ, ਗੱਲ ਨਹੀਂ ਬਣਦੀ। ਫਿਰ ਅਸੀਂ ਰਿਸ਼ਤੇਦਾਰਾਂ ਕੋਲ ਨੱਠਦੇ ਹਾਂ, ਗੱਲ ਨਹੀਂ ਬਣਦੀ। ਫਿਰ ਅਸੀਂ ਯਾਰਾਂ ਦੋਸਤਾਂ ਵੱਲ ਜਾਂਦੇ ਹਾਂ, ਗੱਲ ਨਹੀਂ ਬਣਦੀ। ਆਖਰ ਨੂੰ ਅਸੀਂ ਫਿਰ ਰੱਬ ਵੱਲ ਜਾਂਦੇ ਹਾਂ, ਫਿਰ ਉਹ ਕਿਸੇ ਨਾ ਕਿਸੇ ਯਾਰ ਦੋਸਤ ਦੇ ਵਿੱਚ ਆ ਕੇ, ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਵਿੱਚ ਆ ਕੇ ਸਾਡਾ ਜਿਹੜਾ ਉਹ ਕੰਮ ਹੈ ਸਾਡਾ ਮਸਲਾ ਹੱਲ ਕਰਾ ਦਿੰਦਾ। ਪਰ ਸਾਡੀ ਭੈੜ ਇਹ ਹੈ ਕਿ ਅਸੀਂ ਪਹਿਲਾਂ ਦੁਨੀਆ ਵੱਲ ਨੱਠਦੇ ਹਾਂ। ਜੇ ਉਸੀ ਪਹਿਲਾਂ ਅਸੀਂ ਰੱਬ ਨੂੰ ਦੁਆ ਕਰਕੇ ਫਰਿਆਦ ਕਰਕੇ ਫਿਰ ਦੁਨੀਆ ਵੱਲ ਜਾਈਏ ਤਾਂ ਫਿਰ ਉਹਦੀ ਜਦੋਂ ਨਿਗਾਹ ਹੋ ਗਈ ਫਿਰ ਦੁਨੀਆਦਾਰੀ ਦੇ ਲੋਕ ਕਿਸੇ ਨਾ ਕਿਸੇ ਦੇ ਰੂਪ 'ਚ ਆ ਕੇ ਉਹ ਸਾਨੂੰ ਜਿਹੜਾ ਸਾਡਾ ਮਸਲਾ ਉਹ ਹੱਲ ਕਰ ਦਿੰਦਾ ਅਤੇ ਸਾਡਾ ਜਿਹੜਾ ਕਾਰਜ ਹੈ ਉਹ ਹੋ ਜਾਂਦਾ। ਅੱਗੇ ਹੈ ਕਿ ਜਿਹੜੀਆਂ ਆਪਾਂ ਫਰਜ਼ ਨਮਾਜ਼ਾਂ ਪੜ੍ਹਦੇ ਹਾਂ ਉਹਨਾਂ ਤੋਂ ਬਾਅਦ ਜੇ ਕੋਈ ਦੁਆ ਕਰਦੇ ਹਾਂ ਅਤੇ ਉਹ ਜਿਹੜੀ ਸਾਡੀ ਦੁਆ ਹੈ ਉਹ ਵੀ ਕਬੂਲ ਹੁੰਦੀ ਹੈ। ਹੁਣ ਆਪਾਂ ਗੱਲਾਂ ਕੀਤੀਆਂ, ਇਹ ਵਕਤ ਉਹ ਨੇ ਜਿਹੜੇ ਕਦੀ ਕਦੀ ਆਉਂਦੇ ਨੇ, ਕਿਉਂਕਿ ਜਦੋਂ ਕੋਈ ਇਹਨਾਂ ਦਾ ਗੌਰ ਕਰਕੇ ਧਿਆਨ ਕਰਕੇ ਅਚਾਨਕ ਗੱਲ ਆ ਜਾਵੇ ਅਤੇ ਉਸ ਵਕਤ ਦੁਆ ਕਰ ਦਈਏ ਅਤੇ ਸਾਡੇ 'ਤੇ ਮਾਲਕ ਦਾ ਕਰਮ ਹੋ ਜਾਂਦਾ, ਨਜ਼ਰੇ ਕਰਮ ਜਦੋਂ ਮਾਲਕ ਦਾ ਹੋ ਜਾਂਦਾ ਉਸ ਵਕਤ ਵਿੱਚ ਸਾਡਾ ਉਹ ਵੀ ਕੰਮ ਬਣ ਜਾਂਦਾ ਜਿਹੜਾ ਕਦੀ ਨਹੀਂ ਬਣਨ ਵਾਲਾ, ਕਿਉਂਕਿ ਉਹ ਖੁਦਾ ਹੈ ਜੋ ਉਹਦੇ ਲਈ ਕੋਈ ਔਖਾ ਨਹੀਂ। ਕਿ ਉਹਨੇ ਹੀ ਇਹ ਦੁਨੀਆ ਬਣਾਈ ਹੈ, ਉਹਨੇ ਹੀ ਇਹ ਪਹਾੜ ਬਣਾਏ ਨੇ, ਉਹਦੀਆਂ ਨਦੀਆਂ ਨੇ, ਉਹਦੇ ਇਨਸਾਨ ਨੇ, ਉਹੀ ਜਮਾਉਂਦਾ ਉਹੀ ਮਾਰਦਾ ਅਤੇ ਉਹਦੀ ਰਹਿਮਤ ਹੈ, ਉਹਦਾ ਹੀ ਵਕਤ ਹੈ। ਚੰਗਾ ਕਰ ਦੇਵੇ ਮਾੜਾ ਕਰ ਦੇਵੇ, ਕੰਮ ਨੂੰ 1 ਮਿੰਟ 'ਚ ਕਰ ਦੇਵੇ, ਕੰਮ ਨੂੰ ਸਾਲ ਲਟਕਾਈ ਰੱਖੇ, ਉਹਦੀ ਨਿਗਾਹ ਦੇ ਵਿੱਚ ਜਿਹੜਾ ਹੋਣਾ ਜਦੋਂ ਹੋਣਾ ਉਦੋਂ ਹੋਣਾ। ਤਾਂ ਹੀ ਆਪਾਂ ਕਹਿੰਦੇ ਕਿ ਆਪਾਂ ਆਪਣੇ ਆਪ ਨੂੰ ਪਾਕ ਸਾਫ਼ ਰੱਖੀਏ ਕਿ ਤਾਂ ਜੋ ਉਹਦੀ ਨਿਗਾਹ ਸਾਡੇ 'ਤੇ ਪਵੇ ਅਤੇ ਅਸੀਂ ਪਾਕ ਸਾਫ਼ ਹੋ ਜਾਈਏ ਅਤੇ ਸਾਡਾ ਕਰਮ ਜਿਹੜਾ ਉਹ ਸਿੱਧਾ ਹੋ ਜਾਵੇ, ਸਾਡਾ ਕੰਮ ਜਿਹੜਾ ਉਹ ਨਿਕਲ ਜਾਵੇ। ਇਹ ਨਾ ਹੋਵੇ ਕਿ ਉਹਦੀ ਨਿਗਾਹ ਮਾਲਕ ਦੀ ਜੋ ਸਾਡੇ 'ਤੇ ਪਵੇ ਅਤੇ ਅਸੀਂ ਉਦੋਂ ਪਾਕ ਸਾਫ਼ ਨਾ ਹੋਈਏ ਅਤੇ ਉਹ ਚੀਜ਼ ਤੋਂ ਬਚੀਏ। ਸ਼ੈਤਾਨ ਨੇ ਬਹੁਤ ਭੜਕਾਉਣਾ ਕਿ ਚੱਲ ਸ਼ਰਾਬ ਪੀ, ਚੱਲ ਜ਼ਿਨਾ ਕਰ, ਚੱਲ ਪਰਾਈ ਇਸਤਰੀ 'ਤੇ ਨਿਗਾਹ ਮਾਰ, ਸ਼ੈਤਾਨ ਨੇ ਸਾਨੂੰ ਬਹੁਤ ਭੜਕਾਉਣਾ, ਪਰ ਅਸੀਂ ਇਹ ਤੋਂ ਬਚਣਾ। ਜੇ ਸਾਨੂੰ ਭੜਕਾ ਵੀ ਦਿੱਤਾ ਅਸੀਂ ਇਹਦੇ ਬਸ ਵਰ ਕੇ ਗੱਲ ਕਰ ਵੀ ਲਈ, ਉਸ ਵਾਸਤੇ ਆਪਾਂ ਦੁਆ ਵੀ ਕਰ, ਮਾਲਕ ਨਹੀਂ ਮੈਂ ਤੇਰਾ ਬੰਦਾ, ਆਪਣੀ ਪਾਕ ਨਿਗਾਹ ਦੇ ਅੰਦਰ ਮੈਨੂੰ ਰੱਖ, ਮੈਨੂੰ ਬਚਾ ਇਹਨਾਂ ਦੁਨੀਆ ਤੋਂ, ਇਹ ਸ਼ੈਤਾਨ ਦੇ ਬਸ ਵਸਿਆਂ ਤੋਂ ਮੈਨੂੰ ਬਚਾ ਕੇ ਆਪਣੇ ਕਦਮਾਂ ਦੇ ਵਿੱਚ ਰੱਖ। ਜਦੋਂ ਇਸ ਰੱਬ ਦੀ ਅੱਗੇ ਦੁਆ ਕਰਨੀ ਕਿ ਸਾਨੂੰ ਸ਼ੈਤਾਨ ਤੋਂ ਬਚਾ, ਅਕਸਰ ਜਦੋਂ ਆਪਾਂ ਪੜ੍ਹਨਾ ਅਸਤਗਫਿਰੁੱਲਾ ਅਸਤਗਫਾਰ ਪੜ੍ਹਨਾ ਅਤੇ ਮਾਲਿਕ ਫਿਰ ਸਾਡੀ ਜਿਹੜੀ ਹੈ ਉਹ ਗੱਲ ਸੁਣਦਾ ਹੈ ਅਤੇ ਸਾਨੂੰ ਇਹ ਸ਼ੈਤਾਨ ਦੇ ਵਸਵਸੇ ਤੋਂ ਬਚਾ ਕੇ ਆਪਣੇ ਵੱਲ ਲਾਉਂਦਾ, ਆਪਣੇ ਕਦਮਾਂ ਵੱਲ ਰੱਖਦਾ।
ਆਸ ਕਰਦਾ ਅੱਜ ਦੇ ਇਸ ਪੈਗਾਮ ਵਿੱਚ ਕੁਝ ਸਿੱਖਣ ਮਿਲਿਆ ਹੋਵੇਗਾ। ਅੱਜ ਲਈ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੇਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।